ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਅਤੇ ਉੱਧਰੋਂ 2024 ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਨੇੜੇ ਆ ਗਈਆਂ ਨੇ, ਤਾਂ ਹੁਣ ਕੰਪਨੀਆਂ ਜਿਹੜੀਆਂ ਪੰਜਾਬ ਦੇ ਅੰਦਰ ਭੇਜ ਦਿੱਤੀਆਂ ਗਈਆਂ ਨੇ ਇਹਦੇ ਬਾਰੇ ਸਪੈਸ਼ਲ ਡੀ ਜੀ ਪੀ ਜੀ ਸ਼੍ਰੀ ਅਰਪਿਤ ਸ਼ੁਕਲਾ ਜੀ, ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅਸੀਂ ਸੰਵੇਦਨਸ਼ੀਲ ਅਤੇ ਅਤ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਤਾਇਨਾਤ ਕਰਾਂਗੇ। ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹਨੂੰ ਆਪਾਂ CRPF ਕਹਿੰਦੇ ਹਾਂ, ਇਹਦੀਆਂ 5 ਕੰਪਨੀਆਂ ਨੇ। ਸੀਮਾ ਸੁਰੱਖਿਆ ਬਲ ਜਿਹਨੂੰ ਆਪਾਂ BSF ਕਹਿੰਦੇ ਹਾਂ, ਇਹਨਾਂ ਦੀਆਂ 15 ਅਤੇ 5 ਕੰਪਨੀਆਂ ਇੰਡੋ ਤਿੱਬਤੀ ਸੀਮਾ ਪੁਲਿਸ ਦੀਆਂ ਇਹ ਕੀਤੀਆਂ ਗਈਆਂ ਨੇ। ਸੰਵੇਦਨਸ਼ੀਲ ਅਤੇ ਅਤ ਸੰਵੇਦਨਸ਼ੀਲ ਖੇਤਰਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ। ਜਿਹੜੇ ਖੇਤਰ ਸੰਵੇਦਨਸ਼ੀਲ ਹੋਣਗੇ ਉੱਥੇ ਤੈਨਾਤੀ, ਜਿੱਥੇ ਅਤ ਸੰਵੇਦਨਸ਼ੀਲ ਹੋਣਗੇ ਉੱਥੇ ਵੱਧ ਤੈਨਾਤੀ। ਡੀਫਰ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਸੁਖੀਰ ਸਿੰਘ। 2024 ਦੀਆਂ ਚੋਣਾਂ ਦੀਆਂ ਤਿਆਰੀਆਂ ਲਗਾਤਾਰ ਸ਼ੁਰੂ ਹੋ ਚੁੱਕੀਆਂ ਨੇ, ਤਾਂ ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ। 2024 ਦੀਆਂ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੇ ਅੰਦਰ ਜਿਹੜੀਆਂ 25 ਕੇਂਦਰੀ ਬਲਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉਹ ਪੰਜਾਬ ਦੇ ਵਿੱਚ ਭੇਜ ਦਿੱਤੀਆਂ ਨੇ। ਇਸ ਪੂਰੇ ਮੁੱਦੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ, ਆ ਉਹਨਾਂ ਦਾ ਸਵਾਗਤ ਕਰੀਏ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ। ਢਿੱਲੋਂ ਸਾਹਿਬ, ਹੁਣ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਅਤੇ ਉੱਧਰੋਂ 2024 ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਨੇੜੇ ਆ ਗਈਆਂ ਨੇ, ਤਾਂ ਹੁਣ ਕੰਪਨੀਆਂ ਜਿਹੜੀਆਂ ਪੰਜਾਬ ਦੇ ਅੰਦਰ ਭੇਜ ਦਿੱਤੀਆਂ ਗਈਆਂ ਨੇ, ਇਹਦੇ ਬਾਰੇ ਕਹਿਣਾ। ਭੰਗੂ ਸਾਹਿਬ, ਜਦੋਂ ਵੀ ਇਹ ਚੋਣਾਂ ਹੁੰਦੀਆਂ ਨੇ ਤਾਂ ਜਿਹੜੇ ਅਰਧ ਸੈਨਿਕ ਬਲ ਨੇ, ਜਿਨ੍ਹਾਂ ਨੂੰ ਆਪਾਂ ਨੀਮ ਫੌਜੀ ਬਲ ਕਹਿੰਦੇ ਹਾਂ ਜੀ, ਉਹ ਹਰ ਸਾਲ ਹੀ ਹਰ ਵਾਰ ਭੇਜੀਆਂ ਜਾਂਦੀਆਂ ਨੇ। ਇਸੇ ਕਰਕੇ ਤਾਂ ਚੋਣਾਂ ਜਿਹੜੀਆਂ ਨੇ ਉਹ ਤਕਰੀਬਨ ਅੱਧੀ ਦਰਜਨ ਤੋਂ ਵੱਧ ਪੜਾਵਾਂ ਦੇ ਵਿੱਚ ਹੁੰਦੀਆਂ ਨੇ ਜੀ। ਜੇ ਮੰਨ ਲਓ ਅਸੀਂ ਸ਼ੁਰੂਆਤੀ ਦੌਰ ਦੇ ਵਿੱਚ ਸਾਡੇ ਇੱਥੇ ਹੋਈਆਂ ਜੀ, ਲੱਗਦਾ ਉਹੀ ਹੈ ਕਿ ਪੰਜਾਬ ਦੀਆਂ ਚੋਣਾਂ ਪਹਿਲੇ ਫੇਜਾਂ 'ਚ ਹੀ ਹੋਣਗੀਆਂ। ਜਦੋਂ ਇੱਥੋਂ ਖਤਮ ਹੋ ਗਈਆਂ ਤਾਂ ਇਹ ਜਿਹੜੇ ਬਲ ਨੇ ਦੂਜੇ ਥਾਂ 'ਤੇ ਭੇਜ ਦਿੱਤੇ ਜਾਂਦੇ ਨੇ ਜੀ। 25 ਕੰਪਨੀਆਂ ਪੰਜਾਬ ਵਿੱਚ ਪਹੁੰਚੀਆਂ ਨੇ ਜੀ। ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਡੇ ਜਿਹੜੇ ADGP ਨੇ, ਸਪੈਸ਼ਲ DGP ਜੀ ਸ਼੍ਰੀ ਅਰਪਿਤ ਸ਼ੁਕਲਾ ਜੀ, ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅਸੀਂ ਸੰਵੇਦਨਸ਼ੀਲ ਅਤੇ ਅਤ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਤਾਇਨਾਤ ਕਰਾਂਗੇ ਜੀ। ਕਈ ਜ਼ਿਲ੍ਹਿਆਂ ਦੇ ਵਿੱਚ ਅਮਨ ਕਾਨੂੰਨ 'ਤੇ ਅਸਰ ਰਹਿੰਦਾ, ਸਾਡਾ ਜ਼ਿਲ੍ਹਾ ਵੀ ਉਹਦੇ ਵਿੱਚੋਂ ਇੱਕ ਹੈ ਜੀ। ਅਤੇ ਉਹ ਜ਼ਿਲ੍ਹੇ ਜਿੱਥੇ ਹਰਿਆਣੇ ਦੀ ਸਰਹੱਦ ਦੇ ਨਾਲ ਲੱਗਦੇ ਨੇ ਜੀ, ਜਿਨ੍ਹਾਂ ਦੇ ਵਿੱਚੋਂ ਮੋਹਾਲੀ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ ਜੀ, ਮੁਕਤਸਰ ਇਹ ਆਉਂਦਾ, ਜਾਂ ਥੋੜ੍ਹਾ ਜਿਹਾ ਹਿੱਸਾ ਫਾਜ਼ਿਲਕਾ ਦਾ ਵੀ ਅਬੋਹਰ ਵਾਲਾ ਜੀ। ਸੋ ਇਹਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ। 25 ਕੰਪਨੀਆਂ ਨੀਮ ਫੌਜੀ ਬਲਾਂ ਦੀਆਂ ਤਾਇਨਾਤ ਨੇ, ਜਿਨ੍ਹਾਂ ਵਿੱਚ ਕੌਣ ਕੌਣ ਨੇ? ਕੇਂਦਰੀ ਰਿਜ਼ਰਵ ਪੁਲਿਸ ਬਲ ਜਿਹਨੂੰ ਆਪਾਂ CRPF ਕਹਿੰਦੇ ਹਾਂ ਜੀ, ਇਹਦੀਆਂ 5 ਕੰਪਨੀਆਂ ਨੇ। ਸੀਮਾ ਸੁਰੱਖਿਆ ਬਲ ਜਿਹਨੂੰ ਆਪਾਂ BSF ਕਹਿੰਦੇ ਹਾਂ, ਇਹਨਾਂ ਦੀਆਂ 15
ਤੇ ਪੰਜ ਕੰਪਨੀਆਂ ਇੰਡੋ ਤਿੱਬਤੀ ਸੀਮਾ ਜੀ ਪੁਲਿਸ ਦੀਆਂ ਇਹ ਕੀਤੀਆਂ ਗਈਆਂ ਨੇ। ਸ਼ੁਕਲਾ ਸਾਹਿਬ ਕਹਿੰਦੇ ਕਿ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕਿ ਚੋਣਾਂ ਨਿਰਪੱਖ ਹੋਣਗੀਆਂ, ਇਸ ਕਰਕੇ ਇਹਨਾਂ ਨੂੰ ਲਿਆਂਦਾ ਗਿਆ। ਤੁਸੀਂ ਦੇਖਿਆ ਹੋਣਾ ਕਿ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਅਜਿਹੇ ਦੇ ਵਿੱਚ ਫਿਰ ਵੱਡੇ ਪੱਧਰ ਦੇ ਉੱਤੇ ਜੀ ਵੱਡੇ ਪੱਧਰ 'ਤੇ ਫਲੈਗ ਮਾਰਚ ਝੰਡਾ ਮਾਰਚ ਵੀ ਹੋਣੇ ਸ਼ੁਰੂ ਹੋ ਜਾਂਦੇ। ਉਹਦਾ ਮਕਸਦ ਕੀ ਹੁੰਦਾ ਜੀ? ਲੋਕਾਂ ਵਿੱਚ ਇਹ ਜਾਗਰੂਕਤਾ ਲਿਆਉਣਾ ਕਿ ਕਿਸੇ ਕਿਸਮ ਦੇ ਡਰਨ ਦੀ ਲੋੜ ਨਹੀਂ। ਸੋ ਸ਼ੁਕਲਾ ਸਾਹਿਬ ਨੇ ਇਹ ਵੀ ਦੱਸਿਆ ਕਿ ਅਸੀਂ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਖੇਤਰਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ। ਜਿਹੜੇ ਖੇਤਰ ਸੰਵੇਦਨਸ਼ੀਲ ਹੋਣਗੇ ਉੱਥੇ ਤੈਨਾਤੀ, ਜਿੱਥੇ ਅਤਿ ਸੰਵੇਦਨਸ਼ੀਲ ਹੋਣਗੇ ਉੱਥੇ ਵੱਧ ਤੈਨਾਤੀ ਜੀ ਇਹ ਕੀਤੀ ਜਾਊਗੀ। ਇਸ ਸੰਬੰਧ ਦੇ ਵਿੱਚ ਜਿਹੜੇ ਸਾਡੇ ਤਿੰਨ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਅਤੇ ਜ਼ਿਲ੍ਹੇ ਅਤੇ ਪੁਲਿਸ ਜ਼ਿਲ੍ਹਿਆਂ ਦੇ ਐਸ ਐਸ ਪੀ ਜੇ ਦੇ ਨਾਲ ਇਹ ਮੀਟਿੰਗਾਂ ਕੀਤੀਆਂ ਜਾਣਗੀਆਂ। ਜਿਵੇਂ ਜਿਵੇਂ ਉਹਨਾਂ ਦੀ ਮੰਗ ਆਵੇਗੀ ਉਸ ਮੰਗ ਦੇ ਹਿਸਾਬ ਨਾਲ ਅਸੀਂ ਉਹਨਾਂ ਖੇਤਰਾਂ ਦੇ ਵਿੱਚ ਇਹਨਾਂ ਬਲਾਂ ਨੂੰ ਵੀ ਤਾਇਨਾਤ ਕਰਾਂਗੇ ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ ਜੀ। ਢਿੱਲ ਸਾਹਿਬ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਵੀ ਜਿਹੜਾ ਲਗਾਤਾਰ ਚੱਲ ਰਿਹਾ ਉਹਨੂੰ ਲੈ ਕੇ ਕਿਤੇ ਇਸ ਵਾਰੀ ਸਖਤੀ ਜਿਹੜੀ ਉਹ ਵੱਧ ਤਾਂ ਨਹੀਂ ਕੀਤੀ ਜਾਊਗੀ? ਪੰਗੂ ਸਾਹਿਬ, ਕਿਸਾਨੀ ਅੰਦੋਲਨ ਸਿਰਫ 5-7 ਦਿਨ ਦੀ ਗੱਲ ਰਹਿ ਗਈ ਹੈ ਜੀ। ਉਮੀਦ ਕੀਤੀ ਜਾ ਰਹੀ ਹੈ ਕਿ ਦੂਜੇ ਹਫ਼ਤੇ ਦੇ ਆਖਿਰ ਵਿੱਚ ਜਾਂ ਤੀਜੇ ਹਫ਼ਤੇ ਦੇ ਸ਼ੁਰੂ ਵਿੱਚ ਚੋਣ ਜਾਬਤਾ ਲੱਗ ਜਾਣਾ ਜੀ। ਇਹ ਸ਼ੁਰੂਆਤ ਹੈ ਉਸੇ ਗੱਲ ਦੀ ਜੀ। ਜਦੋਂ ਚੋਣ ਜਾਬਤਾ ਲੱਗ ਗਿਆ ਫਿਰ ਕਿਸੇ ਕੋਲ ਕੱਖ ਨਹੀਂ ਰਹਿਣਾ ਜੀ। ਚੋਣ ਕਮਿਸ਼ਨ ਦਾ ਰਾਜ ਹੋਵੇਗਾ। ਜਿਵੇਂ ਜਿਵੇਂ ਇਹਨਾਂ ਨੇ ਮੀਟਿੰਗਾਂ ਕੀਤੀਆਂ ਸੀ, ਆਮ ਲੋਕਾਂ ਦੇ ਵਿੱਚ ਚਰਚਾ ਇਹ ਹੈ ਕਿ ਇਹ ਪੰਜਾਬ ਵਾਲੇ ਪਾਟੋ ਧਾੜ ਨਾਲ ਗਏ, ਬਹੁ ਗਿਣਤੀ ਜਥੇਬੰਦੀਆਂ ਇਹਨਾਂ ਦੇ ਨਾਲ ਨਹੀਂ ਜੀ। ਇਹਨਾਂ ਕੁਝ ਜਥੇਬੰਦੀਆਂ ਨੇ ਇਹ ਸ਼ੁਰੂ ਕੀਤਾ, ਬਿਹਤਰ ਹੁੰਦਾ ਇਕੱਠੇ ਹੋ ਕੇ ਚੱਲਦੇ, ਇਹਦਾ ਨਤੀਜਾ ਕੁਛ ਹੋਰ ਹੁੰਦਾ। ਅਤੇ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਜਿਹੜਾ 14 ਮਾਰਚ ਦਾ ਮਹਾਂਪੰਚਾਇਤ ਹੋਣੀ ਹੈ ਜੰਤਰ ਮੰਤਰ 'ਤੇ, ਉਹਦੀਆਂ ਤਿਆਰੀਆਂ ਲੋਕਾਂ ਨੇ ਆਰੰਭ ਕਰਤੀਆਂ। ਉਹਨਾਂ ਨੇ ਫਿਰ ਇਹਦੇ ਤਾਂ ਨਹੀਂ ਜਾਣਾ ਜੀ, ਉਹ ਤਾਂ 1 ਦਿਨ ਪਹਿਲਾਂ ਹੀ ਰੇਲਾਂ 'ਤੇ ਜਾਂ ਹੋਰ ਸਾਧਨਾਂ ਰਾਹੀਂ ਉੱਥੇ ਇਕੱਲਾ ਪੰਜਾਬ ਤੋਂ ਨਹੀਂ ਜੀ, ਦੇਸ਼ ਦੇ ਵੱਖ ਵੱਖ ਹਿੱਸਿਆਂ 'ਚੋਂ ਆਉਣਗੇ। ਉਹ ਵੀ ਇੱਕ ਪੱਖ ਹੈ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਜਿਹੜੇ ਹਰਿਆਣੇ ਨਾਲ ਲੱਗਦੇ ਜ਼ਿਲ੍ਹੇ ਨੇ ਉੱਥੇ ਇਹਨਾਂ ਦੀ ਤੈਨਾਤੀ ਸੰਵੇਦਨਸ਼ੀਲਤਾ ਕਰਕੇ ਹੀ ਵੱਧ ਕੀਤੀ ਜਾਵੇ ਜੀ। ਧੰਨਵਾਦ ਜੀ। ਇਹ ਸਨ ਜਸਪਾਲ ਸਿੰਘ ਜੀ ਢਿੱਲੋਂ, ਸਾਡੇ ਸੀਨੀਅਰ ਐਡੀਟਰ, ਜਿਨ੍ਹਾਂ ਨੇ ਬੜੀ ਹੀ ਡੂੰਘਾਈ ਦੇ ਨਾਲ ਇਸ ਮਾਮਲੇ ਦੇ ਸੰਬੰਧੀ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਆ। ਹੁਣ ਦੇਖਣਾ ਹੋਊਗਾ ਕਿ 2024 ਦੀਆਂ ਚੋਣਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ, ਅਤੇ ਇਹਨਾਂ ਚੋਣਾਂ ਦੇ ਅੰਦਰ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰਦੀ ਹੈ ਅਤੇ ਜਿੱਤ ਕੇ ਜਿਹੜੀ ਸੱਤਾ ਦੇ ਵਿੱਚ ਆਉਂਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ,
ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।